वाहिगुरु जी का खालसा वाहिगुरु जी की फतेह। अज असी लाइव पंजाब न्यूज राही सरकारां दा बच्चियां प्रति की पॉलिसियां तैयार कर रही है उहदे वल ध्यान कराउण जा रहे हैं कि जिहड़े साडे पंजाब दे बच्चे है कुछ बच्चे ते जिहड़े साडे को स्टडी करके बाहरलियां मुल्कां नूं जा रहे हैं वो ते अपनी जगह अपना रुजगार बना रहे हैं, पर जिहड़े बच्चे जिन्हां दे घर दे जां नहीं भेज सकदे जां बच्चे नहीं किसी कारण करके जा सकते वो बच्चों के प्रति सरकार दीआं की पॉलिसियां है उहदे बारे सरकार की सोच रही है। सरकार नूं असीं ये बेनती करनी चाहते हैं कि ये बन की रहा है साडी हिंदुस्तान की करीम बच्चे ला लो साडे पंजाब दे ला लो जिहड़े हर साल लखां विच कनेडा अमेरिका यूएसए वगैरह नूं जा रहे हैं साडा इत्थे मगरों की बच रहा है इत्थे साडे ओह बच्चियां दा की भविख है उहदे मां प्यो इत्थे है बच्चे उत्थे है ओह किवें गड्डी चल रही है ओह परिवारां नूं पता है, पर चलो जे अपने रुजगार वास्ते ओह ते उत्थे जा रहे है, पर जिहड़े बच्चे इत्थे साडे पंजाब विच है इन्हां लई सरकारां की पॉलिसियां तैयार कर रही ओह असीं इन्हां नूं बेनती करनी चाहुंदे हां कि ये बच्चों बारे भी कुछ सोचा जाए पॉलिसियां कुछ तैयार कीतियां जान। इस करके सरकारां दा ध्यान जिहड़ा आपां बच्चों नूं दवा रहे हैं कि ये जिहड़े बच्चे इत्थे रह रहे हैं ये बच्चे डावाडोल है ते अज दे दिन विच ਉਹ ਬੱਚੇ ਸੋਚ ਰਹੇ ਆ ਵੀ ਸਾਡੇ ਭਵਿੱਖ ਦਾ ਬਣੇਗਾ ਕੀ, ਵੀ ਅਸੀਂ ਨਹੀਂ ਜਾ ਸਕਦੇ ਕਿਸੇ ਕਾਰਨਾਂ ਕਰਕੇ ਇੱਥੇ ਸਾਨੂੰ ਸਰਕਾਰ ਜੌਬਾਂ ਨਹੀਂ ਦੇ ਰਹੀ ਅਤੇ ਅਸੀਂ ਆਪਣਾ ਭਵਿੱਖ ਅਸੀਂ ਆਪਣੀ ਜ਼ਿੰਦਗੀ ਨੂੰ ਕਿੱਦਾਂ ਬਤੀਤ ਕਰਾਂਗੇ। ਇਹ ਸਰਕਾਰ ਨੂੰ ਖਾਸ ਬੇਨਤੀ ਹੈ ਬਾਹਰਲੀਆਂ ਸਟੇਟਾਂ ਦੇ ਜਿਹੜੇ ਬੱਚਿਆਂ ਨੂੰ ਇਹ ਜੌਬਾਂ ਦੇ ਰਹੇ ਹੈ ਕੋਈ ਯੂਪੀ ਦਾ ਹੀ ਕੋਈ ਮਨੀਪੁਰ ਦਾ ਹੀ ਕੋਈ ਅਸਾਮ ਦਾ ਹੀ ਕੋਈ ਨਾਗਾਲੈਂਡ ਦਾ ਹੀ ਤੁਹਾਡੇ ਪੰਜਾਬ ਵਾਲੇ ਬੱਚੇ ਅਤੇ ਇੱਥੇ ਪੰਜ ਹਜ਼ਾਰ ਦੇ ਅੰਦਰ ਜੌਬਾਂ ਕਰਨ ਰਹੇ ਹੈ ਅਤੇ ਸਰਕਾਰੀ ਜੌਬ ਹੈ ਜਿਹੜੀ ਤੁਸੀਂ ਉਹ ਬਾਹਰਲੀਆਂ ਸਟੇਟਾਂ ਵਾਲਿਆਂ ਨੂੰ ਦੇ ਰਹੇ ਹੈ। ਇਸ ਚੀਜ਼ ਨੂੰ ਬਹੁਤ ਬਰੀਕੀ 'ਚ ਦੇਖਣਾ ਪੈਣਾ ਅਤੇ ਚੈੱਕ ਕੀਤੀਆਂ ਜਾਣ ਵੀ ਇਹ ਜਿਹੜੀਆਂ ਪਿਛਲਿਆਂ ਸਾਲਾਂ ਵਿੱਚ ਜਿਹੜੇ ਅਦਰ ਸਟੇਟ ਦੇ ਬੱਚਿਆਂ ਨੂੰ ਕਿੰਨੀਆਂ ਜੌਬਾਂ ਮਿਲੀਆਂ ਉਹਦੇ ਕਾਰਨ ਕੀ ਹੈ ਇੱਥੇ ਜੌਬਾਂ ਦੇਣ ਦੇ। ਸਾਡੇ ਆਪਣੇ ਬੱਚੇ ਤਾਂ ਸੜਕਾਂ 'ਤੇ ਘੁੰਮ ਰਹੇ ਹੈ ਅਤੇ ਬਾਹਰਲੀਆਂ ਸਟੇਟਾਂ ਵਾਲੇ ਆ ਕੇ ਇੱਥੇ ਜੌਬਾਂ ਕਰ ਰਹੇ ਹੈ। ਦੂਜੀ ਬੇਨਤੀ ਸਰਕਾਰਾਂ ਨੂੰ, ਪਿਛਲੀਆਂ ਕੁਝ ਸਰਕਾਰਾਂ ਨੇ ਪ੍ਰੋਪਰਟੀ 'ਤੇ ਇੱਥੇ ਇਹੋ ਜਿਹੇ ਰੂਲ ਬਣਾ ਦਿੱਤੇ ਕਿ ਪ੍ਰੋਪਰਟੀ ਦਾ ਜਿਹੜਾ ਕਾਰੋਬਾਰ ਹੈ ਉਹ ਪੰਜਾਬ ਦੇ ਵਿੱਚ ਸੱਤਿਆ ਨਾਸ਼ ਕਰਤਾ ਆਪਣਾ ਅਤੇ ਉਹਨਾਂ ਲੋਕਾਂ ਨੇ ਕੇਵਲ ਵੀ ਖਰੀਦ ਲਈ, ਬੱਸਾਂ ਵੀ ਖਰੀਦ ਲਈਆਂ, ਟੈਕਸੀ ਲਾਈਨ ਵੀ ਲੈ ਲਈ। ਜਿਹੜਾ ਕੋਈ ਛੋਟਾ ਮੋਟਾ ਕਾਰੋਬਾਰ ਇੱਥੋਂ ਦੇ ਬੱਚੇ ਕਰਦੇ ਸੀ ਉਹ ਸਾਰੇ ਉਹ ਸਰਮਾਏਦਾਰ ਲੋਕਾਂ ਨੇ ਖੋਲ੍ਹੇ, ਇੱਥੋਂ ਤੱਕ ਕਿ ਮੱਛੀਆਂ ਦੇ ਠੇਕੇ ਵੀ ਲੈ ਲਏ। ਪਰ ਇਹ ਜਿਹੜੇ ਬੱਚੇ ਇੱਥੇ ਮਾੜਾ ਮੋਟਾ ਕੋਈ ਕਾਰੋਬਾਰ ਕਰਦੇ ਸੀ ਇਹ ਬੱਚੇ ਵਿਚਾਰੇ ਕਿੱਧਰ ਨੂੰ ਜਾਣ। ਅੱਜ ਉਹੀ ਸਰਕਾਰਾਂ ਦੇ ਲੋਕ ਉਹੀ ਅੱਜ ਰੌਲਾ ਪਾ ਰਹੇ ਹੈ ਵੀ ਅੱਜ ਸੈਂਟਰ ਦੀ ਸਰਕਾਰ ਨੂੰ ਇਹ ਕੰਮ ਕਰਨਾ ਚਾਹੀਦਾ ਇਹ ਕੰਮ ਕਰਨਾ ਚਾਹੀਦਾ। ਆਪਣੇ ਟਾਈਮ 'ਤੇ ਤੁਸੀਂ ਬੱਚਿਆਂ ਨੂੰ ਬੇਰੁਜ਼ਗਾਰ ਕਰਤਾ ਅਤੇ ਹੁਣ ਤੁਸੀਂ ਦੂਜੀਆਂ ਸਰਕਾਰਾਂ 'ਤੇ ਆ ਕੇ ਰੌਲਾ ਪਾ ਰਹੇ ਹੋ। ਇਹ ਸਰਕਾਰਾਂ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਵੀ ਜਿਹੜੇ ਬੱਚਿਆਂ ਦੇ ਨਾਲ ਜੁੜਦਾ ਸਿਸਟਮ ਹੈ ਇਹਦੇ ਵੱਲ ਧਿਆਨ ਦਿੱਤਾ ਜਾਵੇ। ਪੰਜਾਬ ਦੇ ਵਿੱਚ ਭਾਵਾਂ ਰਾਜਸਥਾਨ ਦਾ ਹੋਵੇ, ਭਾਵਾਂ ਉਹ J&K ਦਾ ਹੋਵੇ, ਭਾਵਾਂ ਹਿਮਾਚਲ ਦਾ ਹੋਵੇ, ਕੋਈ ਵੀ ਆਦਮੀ ਆ ਕੇ ਪੰਜਾਬ ਵਿੱਚ ਪ੍ਰੋਪਰਟੀ ਖਰੀਦ ਸਕਦਾ ਹੈ ਅਤੇ ਜੇ ਪੰਜਾਬ ਵਾਲਾ ਹੀ ਜਿਹੜਾ ਕੋਈ ਬੰਦਾ ਹੈ ਹਿਮਾਚਲ 'ਚ ਉਹਨੂੰ ਨਹੀਂ ਪ੍ਰੋਪਰਟੀ ਮਿਲਦੀ, ਰਾਜਸਥਾਨ 'ਚ ਉਹਨੂੰ ਨਹੀਂ ਮਿਲਦੀ, ਹੋਰ ਵੀ ਬਹੁਤ ਸਾਰੀਆਂ ਸਟੇਟਾਂ ਵਿੱਚ ਉਹ ਪ੍ਰੋਪਰਟੀ ਨਹੀਂ ਖਰੀਦ ਸਕਦੇ, ਕਿਉਂ? ਜਦੋਂ ਬਾਹਰਲੀਆਂ ਸਟੇਟਾਂ ਦੇ ਲੋਕ ਪੰਜਾਬ ਵਿੱਚ ਪ੍ਰੋਪਰਟੀ ਖਰੀਦ ਸਕਦੇ ਆ ਤੇ ਪੰਜਾਬ ਵਾਲੇ ਬਾਹਰ ਜਾ ਕੇ ਕਿਉਂ ਨਹੀਂ ਖਰੀਦ ਸਕਦੇ?
ਜਦੋਂ ਅਸੀਂ ਰਾਜਸਥਾਨ ਵਰਗੀਆਂ ਸਟੇਟਾਂ 'ਚ ਜਾਂਦੇ ਹਾਂ ਪੈਸਾ ਲਾਉਣ ਨੂੰ ਤਾਂ ਉੱਥੇ ਸਰਕਾਰਾਂ ਕਹਿੰਦੀਆਂ ਲਾਓ ਪਰ ਪ੍ਰੋਪਰਟੀ ਤੁਹਾਡੇ ਨਾਮ ਨਹੀਂ ਹੋਏਗੀ ਕਿਉਂ ਨਹੀਂ ਹੋਏਗੀ ਜਦ ਅਸੀਂ ਤੁਹਾਡੇ ਰਾਜਸਥਾਨ ਅਤੇ ਹਿਮਾਚਲ ਅਤੇ ਹੋਰ ਸਟੇਟਾਂ ਦੇ ਲੋਕਾਂ ਨੂੰ ਸਾਡੇ ਇੱਕ ਲੰਡਾ ਜਿਹਾ ਆਧਾਰ ਕਾਰਡ ਬਣਾ ਕੇ ਤੁਸੀਂ ਪ੍ਰੋਪਰਟੀਆਂ ਖਰੀਦ ਸਕਦੇ ਹੋ ਅਤੇ ਪੰਜਾਬ ਦੇ ਲੋਕ ਬਾਹਰ ਜਾ ਕੇ ਪ੍ਰੋਪਰਟੀਆਂ ਕਿਉਂ ਨਹੀਂ ਖਰੀਦ ਸਕਦੇ ਇਹ ਸਰਕਾਰਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਇਸ ਚੀਜ਼ਾਂ ਵੱਲ ਧਿਆਨ ਦਿੱਤਾ ਜਾਵੇ ਜਿਹੜੇ ਬੱਚੇ ਪੜ੍ਹਨ ਵਾਲੇ ਹੈ ਭਾਵਾਂ ਉਹ ਐਸ ਸੀ ਹੋਵੇ ਭਾਵਾਂ ਉਹ ਬੀ ਸੀ ਹੋਵੇ ਭਾਵਾਂ ਉਹ ਜਨਰਲ ਦਾ ਹੋਵੇ ਜਿਹੜਾ ਬੱਚਾ ਪੜ੍ਹਨ ਵਾਲਾ ਹੈ ਪਰ ਉਹਦਾ ਕਿਸੇ ਕਮਜ਼ੋਰੀ ਕਰਕੇ ਉਹਦੇ ਘਰ ਦੇ ਮਗਰ ਫੀਸ ਨਹੀਂ ਦੇ ਸਕਦੇ ਅੱਜ ਉਹ ਬੱਚੇ ਵਿਚਾਰੇ ਕਿੱਥੇ ਖੜੇ ਹੈ ਉਹ ਫੀਸਾਂ ਤੋਂ ਕਰਕੇ ਸਕੂਲ ਛੱਡਣ ਨੂੰ ਪਸੰਦ ਕਰਦੇ ਹੈ ਅਤੇ ਛੋਟਾ ਮੋਟਾ ਕਾਰੋਬਾਰ ਨੂੰ ਉਹ ਵਿਚਾਰੇ ਲਾਈਕ ਕਰਦੇ ਹੈ ਇਹ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਜਿਹੜਾ ਬੱਚਾ ਪੜ੍ਹਨ ਵਾਲਾ ਹੈ ਭਾਵਾਂ ਉਹ ਐਸ ਸੀ ਹੈ ਭਾਵਾਂ ਉਹ ਬੀ ਸੀ ਹੈ ਭਾਵਾਂ ਉਹ ਜਰਨਲ ਹੈ ਉਸ ਬੱਚੇ ਦੀ ਫੀਸ ਮਾਫ਼ ਕੀਤੀ ਜਾਵੇ ਜਿਹੜਾ ਬੱਚਾ ਵਾਰ ਵਾਰ ਫੇਲ ਹੋ ਰਿਹਾ ਹੈ ਉਹਦੀ ਅਸੀਂ ਫੀਸ ਮਾਫ਼ ਕਰ ਰਹੇ ਹਾਂ ਉਹ ਕਿਸੇ ਨਾਲ ਵੀ ਸੰਬੰਧਿਤ ਹੋਵੇ ਉਸ ਬੱਚੇ ਨੂੰ ਚਾਂਸ ਦਿੱਤੇ ਜਾਣ ਵੀ ਤੂੰ ਜਾਂ ਇੱਕ ਜਾਂ ਦੋ ਵਾਰੀ ਜਾਂ ਤਿੰਨ ਵਾਰੀ ਜੇ ਤੂੰ ਨਹੀਂ ਕਲਾਸ ਪਾਸ ਕਰਦਾ ਤਾਂ ਤੇਰੀ ਜਿਹੜੀ ਫੀਸ ਪ੍ਰੋਪਰ ਤੈਨੂੰ ਦੇਣੀ ਪਏਗੀ ਅਤੇ ਜਿਹੜਾ ਬੱਚਾ ਪੜ੍ਹਨ ਵਾਲਾ ਹੈ ਉਹ ਕਿਸੇ ਵੀ ਕਾਸਟ ਦਾ ਹੋਵੇ ਅਤੇ ਉਸ ਬੱਚੇ ਦੀ ਫੀਸ ਮਾਫ਼ ਹੋਣੀ ਚਾਹੀਦੀ ਹੈ ਉਹ ਕਿਸੇ ਜਾਤੀ ਨਾਲ ਵੀ ਸੰਬੰਧ ਰੱਖਦਾ ਹੋਵੇ ਅਤੇ ਆਪਣੇ ਬੱਚਿਆਂ ਨੂੰ ਅਸੀਂ ਸਾਂਭੀਏ ਆਪਣੀ ਹਿੰਦੁਸਤਾਨ ਦੀ ਕਰੀਮ ਨੂੰ ਸਾਂਭੀਏ ਇੱਥੋਂ ਦੇ ਰੂਲ ਜਿਹੜੇ ਧੱਕਾ ਹੋ ਰਹੇ ਹੈ ਕੁਝ ਤਾਂ ਪ੍ਰੋਪਰਟੀਆਂ ਦੇ ਸੰਬੰਧ 'ਚ ਹੋਰ ਵੀ ਬਹੁਤ ਸਾਰੇ ਹੈ ਅਤੇ ਅਸੀਂ ਸਰਕਾਰਾਂ ਨੂੰ ਇਹੀ ਬੇਨਤੀ ਕਰਦੇ ਹਾਂ ਵੀ ਇਹ ਚੀਜ਼ਾਂ ਵੱਲ ਧਿਆਨ ਦਿੱਤਾ ਜਾਵੇ ਪੰਜਾਬ ਦੀ ਜਨਰੇਸ਼ਨ ਕਿੱਧਰ ਨੂੰ ਜਾ ਰਹੀ ਹੈ ਕਦੀ ਤਾਂ ਸਾਨੂੰ ਨਸ਼ੇ ਨਾਲ ਤੋਲ ਦਿੰਦੇ ਆ ਇਹ ਗੁਜਰਾਤ ਨੂੰ ਤਾਂ ਦੇਖਦੇ ਨਹੀਂ ਹੈ ਵੀ ਉੱਥੇ ਕਿੰਨਾ ਕੁ ਫੜਿਆ ਗਿਆ ਅਤੇ ਪੰਜਾਬ 'ਚ ਕਿੰਨਾ ਫੜਿਆ ਗਿਆ ਅਤੇ ਕਦੇ ਸਾਨੂੰ ਗੈਂਗਸਟਰਾਂ ਨਾਲ ਜੋੜ ਦਿੰਦੇ ਆ ਕਦੇ ਸਾਨੂੰ ਅੱਤਵਾਦੀਆਂ ਨਾਲ ਜੋੜ ਦਿੰਦੇ ਆ ਇਹ ਸਾਨੂੰ ਇਸ ਚੀਜ਼ਾਂ ਵੱਲ ਆਈ ਹੋਈ ਸਰਕਾਰ ਜੋ ਨਵੀਆਂ ਸਰਕਾਰਾਂ ਆਈਆਂ ਇਹ ਸਿਸਟਮ ਨੂੰ ਸੁਧਾਰ ਤੇ ਲਿਆ ਰਹੀਆਂ ਜੇ ਅਤੇ ਇਸ ਗੱਲਾਂ ਵੱਲ ਵੀ ਧਿਆਨ ਦੇਣ ਵੀ ਇਹ ਬੱਚਿਆਂ ਦੇ ਭਵਿੱਖ ਲਈ ਅਤੇ ਕਾਰੋਬਾਰਾਂ ਲਈ ਪ੍ਰੋਪਰਟੀ ਦੇ ਕਾਰੋਬਾਰ ਲਈ ਬੱਚਿਆਂ ਦੀ ਪੜ੍ਹਾਈ ਲਈ ਇਹ ਚੀਜ਼ਾਂ 'ਤੇ ਧਿਆਨ ਦੇਣ ਇੰਨੇ ਨਾਲ ਹੀ ਮੈਂ ਸਰਕਾਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵੀ ਜੇ ਇਸ ਕੰਮ ਵੱਲ ਇਹ ਧਿਆਨ ਦੇਣ ਅਤੇ ਇਹੀ ਵਾਰ ਵਾਰ ਬੇਨਤੀ ਕਰਦੇ ਹਾਂ ਕਿ ਇਹ ਬੱਚਿਆਂ ਦੇ ਭਵਿੱਖ ਨੂੰ ਬਚਾਇਆ ਜਾਵੇ ਇਹ ਬੱਚਿਆਂ ਦੀ ਲਾਈਫ ਨਾਲ ਖਿਲਵਾੜ ਨਾ ਕੀਤਾ ਜਾਵੇ ਇਹ ਚੀਜ਼ਾਂ ਵੱਲ ਧਿਆਨ ਰੱਖਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।